ਬੰਦ ਕਰੋ, ਬੰਦ ਕਰੋ, ਪੱਕੇ ਕਰੋ, ਵਿਦਿਆਰਥੀ ਏਕਤਾ ਜ਼ਿੰਦਾਬਾਦ, ਜ਼ਿੰਦਾਬਾਦ। ਸਰ ਮੈਂ ਤੁਹਾਨੂੰ ਦੱਸਦੀ ਹਾਂ, ਐਕਚੁਅਲੀ ਜਦੋਂ ਅਸੀਂ ਰੱਖੇ ਗਏ ਸੀਗੇ, ਅਸੀਂ ਪ੍ਰੋਪਰ DPI ਵੱਲੋਂ ਨੁਮਾਇੰਦੇ ਆਉਂਦੇ ਸੀ, ਪ੍ਰੋਪਰ ਪੈਨਲ ਬਣਦਾ ਸੀਗਾ, ਕਮੇਟੀ ਬਣਦੀ ਸੀ ਕਾਲਜ ਦੀ, 10-12 ਬੰਦੇ ਉਹਦੇ ਵਿੱਚ ਹੁੰਦੇ ਸੀ। ਪ੍ਰੋਪਰ ਕਮੇਟੀਜ਼ ਦੇ ਥਰੂ ਅਸੀਂ ਪ੍ਰੋਪਰ ਕੰਪੀਟ ਕਰਕੇ ਆਏ ਹਾਂ, ਪੂਰਾ ਕੰਪੀਟੀਸ਼ਨ ਦੇ ਕੇ। ਸਾਡੀਆਂ ਪ੍ਰੋਪਰ ਕੁਆਲੀਫਿਕੇਸ਼ਨਸ ਨੇ, ਠੀਕ ਹੈ ਜੀ, ਅਸੀਂ ਪ੍ਰੋਪਰ ਵੇ ਨਾਲ ਰੱਖੇ ਗਏ ਹਾਂ। ਉਸ ਟਾਈਮ ਜਿਵੇਂ ਵੀ ਸਰਕਾਰਾਂ ਨੂੰ ਠੀਕ ਲੱਗਿਆ ਸਾਨੂੰ ਰੱਖਿਆ ਗਿਆ, ਅਤੇ ਅਸੀਂ ਪਿਛਲੇ 25 ਸਾਲਾਂ ਤੋਂ ਇਹ ਗੌਰਮੈਂਟ ਦੇ ਕਾਲਜ ਚਲਾਏ ਨੇ, ਪੂਰੀ ਇਮਾਨਦਾਰੀ ਨਾਲ ਚਲਾਏ ਨੇ। ਪਰ ਹੁਣ ਪਿੱਛੇ ਜੇ 2021 ਦੇ ਵਿੱਚ ਕੀ ਸੀਗਾ, 1158 ਨਵੀਆਂ ਪੋਸਟਾਂ ਅਨਾਊਂਸ ਹੋਈਆਂ ਚੰਨੀ ਸਰਕਾਰ ਵੱਲੋਂ। ਪ੍ਰਗਟ ਸਿੰਘ ਸੀਗੇ ਉਦੋਂ ਸਾਡੇ ਐਜੂਕੇਸ਼ਨ ਮਿਨਿਸਟਰ, ਅਤੇ ਜੀ ਉਦੋਂ ਅਸੀਂ ਇਹ ਮੁੱਦਾ ਰੱਖਿਆ ਸੀ ਉਹਨਾਂ ਸਾਹਮਣੇ ਵੀ ਤੁਸੀਂ ਬੇਸ਼ੱਕ ਭਰੋ, ਖਾਲੀ ਪੋਸਟਾਂ ਭਰੋ, ਪਰ ਪਹਿਲਾਂ ਸਾਡਾ ਵੀ ਕੁਛ ਕਰੋ, ਕਿਉਂਕਿ ਸਰ ਜਿੰਨੀਆਂ ਕੁ ਪੋਸਟਾਂ ਹੈਗੀਆਂ ਨੇ ਉਨੀਆਂ ਕੁ ਤਾਂ ਅਸੀਂ ਕੰਮ ਕਰ ਰਹੇ ਹੈਗੇ ਹਾਂ, 1158 ਇਹਨਾਂ ਨੇ ਹੋਰ ਪੋਸਟਾਂ ਕੱਢਤੀਆਂ। ਤਾਂ ਜੇ ਹੁਣ ਉਹ ਬੰਦੇ ਆਉਂਦੇ ਨੇ ਕਾਲਜਾਂ ਦੇ ਵਿੱਚ ਤਾਂ ਸਾਡੇ ਬੰਦੇ ਬਾਹਰ ਜਾਣਗੇ, ਇੱਕ ਰੈਗੂਲਰ ਬੰਦਾ। ਇਹਨਾਂ ਨੇ ਇਹ ਲਾਈਨ ਵੀ ਪਾਈ ਹੈ ਸਰ ਇਸ ਅਪੁਆਇੰਟਮੈਂਟ ਲੈਟਰਸ ਦੇ ਵਿੱਚ ਕਿ ਗੈਸਟ ਫੈਕਲਟੀ ਦੀ ਥਾਂ 'ਤੇ ਉਹਨੂੰ ਰੱਖਿਆ ਜਾਊਗਾ, ਜਿਹੜੇ ਬੰਦੇ ਨੂੰ ਗੈਸਟ ਫੈਕਲਟੀ ਦੀ ਥਾਂ ਨੂੰ ਖਾਲੀ ਮੰਨਿਆ ਜਾਵੇ। ਹਾਂਜੀ, ਅਤੇ ਵੀ ਇਹਨਾਂ ਦੀ ਜਿਹੜੀ ਵੀ ਕੋਈ ਪੋਲਿਸੀ ਬਣੂਗੀ ਉਹਦੇ ਬਾਰੇ ਬਾਅਦ ਦੇ ਵਿੱਚ ਵਿਚਾਰ ਹੋਊਗਾ। ਤੁਸੀਂ ਇੱਕ ਗੱਲ ਦੱਸੋ ਸਰ ਕਿ ਜਿਹੜਾ ਬੰਦਾ 20-22 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਿਹਾ, ਇੱਕਦਮ ਤੁਸੀਂ ਉਸਨੂੰ ਬਾਹਰ ਕੱਢ ਦੋਗੇ, ਕਿੱਥੋਂ ਦਾ ਇਹਨੇ ਆਏ? ਪਹਿਲਾਂ ਇਹ ਲੋਕ ਸਾਨੂੰ ਕਹਿੰਦੇ ਸੀ ਪਹਿਲਾਂ ਤੁਹਾਡੀ ਕੋਈ ਸਿਕਿਉਰਿਟੀ ਅਸੀਂ ਕਰਾਂਗੇ, ਉਸ ਤੋਂ ਬਾਅਦ ਜਦੋਂ ਆਪ ਸਰਕਾਰ ਨੇ ਆਉਣਾ ਸੀ, ਪਹਿਲਾਂ ਸਾਡੇ ਧਰਨਿਆਂ 'ਚ ਵੀ ਆਉਂਦੇ ਰਹੇ, ਉਹ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਉਹਨਾਂ ਨੇ ਜੀ ਕਿ ਅਸੀਂ ਤੁਹਾਨੂੰ ਸਿਕਿਉਰ ਕਰਕੇ ਤੁਹਾਡੀ ਕੋਈ ਨੀਤੀ ਬਣਾਵਾਂਗੇ ਸਟਰੋਂਗ ਜੀ, ਅਤੇ ਪਰ ਐਸਾ ਕੁਛ ਨਹੀਂ ਹੋਇਆ ਜੀ। ਜੇਕਰ ਲੱਗਦਾ ਜੇ ਉਹ ਭਰਤੀ ਕਰਦੇ ਤੁਸੀਂ ਰਹਿ ਕੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ? ਸਰ ਇੱਕ ਸਾਡੇ ਪੂਰਵਜਾਂ ਨੇ ਸਾਨੂੰ ਸਿਖਾਇਆ ਹੈ ਜੋ ਕਹਿੰਦੇ ਮਰ ਮਰ ਕੇ ਜਿਉਣਾ ਛੱਡ, ਇਹ ਮਰ ਮਰ ਕੇ ਜਿਉਣਾ ਛੱਡ, ਉੱਠ ਬਗਾਵਤ ਕਰ, ਤੇਰੇ ਹਿੱਸੇ ਦੀ ਜ਼ਿੰਦਗੀ 'ਤੇ ਕਿਸੇ ਦਾ ਰਾਜ ਕਿਉਂ ਹੋਵੇ? ਅਸੀਂ ਸਰ ਇਹ ਚੀਜ਼ਾਂ ਨੂੰ ਆਏ ਨਹੀਂ ਜਾਣ ਦੇਵਾਂਗੇ ਆਪਣੇ ਹੱਕਾਂ ਨੂੰ। ਸਾਨੂੰ ਉਹਨਾਂ ਨੇ ਸਿਖਾਇਆ, ਸਾਨੂੰ ਗੁਰੂ ਸਾਹਿਬਾਨ ਵੀ ਹੀ ਸਿਖਾ ਕੇ ਗਏ ਨੇ ਕਿ ਆਪਣੇ ਹੱਕ ਲੈਣੇ ਕਿਵੇਂ ਨੇ, ਅਤੇ ਅਸੀਂ ਜਿਸ ਹੱਦ ਤੱਕ ਸਾਨੂੰ ਜਾਣਾ ਪਊਗਾ ਅਸੀਂ ਜਾਵਾਂਗੇ। ਅਗਲਾ ਐਕਸ਼ਨ ਸਾਡੀ ਯੂਨੀਅਨ ਜਿਵੇਂ ਵੀ ਸਾਨੂੰ ਦੱਸਣਗੇ ਅਸੀਂ ਉੱਦਾਂ ਹੀ ਸਰ। ਸਟੂਡੈਂਟ ਵੀ ਨਾਲ ਤੁਹਾਡੇ? ਬਿਲਕੁਲ, ਸਾਡੇ ਸਮਰਥਨ 'ਚ ਨੇ ਸਾਡੇ ਸਟੂਡੈਂਟ ਨੇ ਜੀ, ਠੀਕ ਹੈ, ਉਹ ਸਾਡੇ ਨਾਲ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ, ਉਹਨਾਂ ਨੂੰ ਪਤਾ ਹੈ ਸਾਰੀ ਸੱਚਾਈ। ਸਰ ਐਕਚੁਲੀ ਮੈਂ ਤਾਂ ਬਹੁਤ ਪਿਛਲੇ 3-4 ਮਹੀਨਿਆਂ ਤੋਂ ਹੀ ਇਸ ਪ੍ਰੋਬਲਮ ਤੋਂ ਜੂਝ ਰਹੀ ਹਾਂ ਕਿ ਮੈਂ ਅਤੇ ਮੇਰੇ ਨਾਲ ਇੱਕ ਹੋਰ ਮੇਰੇ ਨਾਲ ਸਰ ਕੁਲੀ ਨਰਿੰਦਰ ਸਰ, ਸਾਨੂੰ ਦੋਨਾਂ ਨੂੰ ਹੀ ਟਰਮੀਨੇਟ ਕੀਤਾ ਗਿਆ ਹੈ। ਮੈਂ ਇੱਥੇ ਰਿਪੂਦਮਨ ਕਾਲਜ ਨਾਭਾ ਵਿੱਚ ਐਜ਼ ਏ ਲੈਕਚਰਰ ਹਿਸਟਰੀ ਦੀ ਲੈਕਚਰਰ ਪੜ੍ਹਾ ਰਹੀ ਸੀ, ਗੈਸਟ ਫੈਕਲਟੀ ਮੈਨੂੰ ਅਤੇ ਮੇਰੇ ਨਾਲ ਦੇ ਸਾਥੀ ਨੂੰ ਨਰਿੰਦਰ ਨੂੰ ਸੋਫਟ ਟਾਰਗੇਟ ਸਮਝ ਕੇ ਸਾਨੂੰ ਇੱਥੋਂ ਕੱਢ ਦਿੱਤਾ ਗਿਆ, ਸਾਨੂੰ ਟਰਮੀਨੇਟ ਹੀ ਕਰ ਦਿੱਤਾ ਗਿਆ, ਜਦੋਂ ਕਿ ਦੋ ਰੈਗੂਲਰ ਪ੍ਰੋਫੈਸਰ ਨੇ ਉਹਨਾਂ ਨੂੰ ਵੀ ਬਹਾਲ ਕਰ ਦਿੱਤਾ ਗਿਆ ਹੈ, ਪ੍ਰਿੰਸੀਪਲ ਮੈਮ ਨੂੰ ਵੀ ਰਿਟਾਇਰਮੈਂਟ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਹੈ, ਲੇਕਿਨ ਐਜ਼ ਏ ਗੈਸਟ ਫੈਕਲਟੀ ਸਾਨੂੰ ਟਾਰਗੇਟ ਕੀਤਾ ਗਿਆ ਹੈ, ਸਾਨੂੰ ਇੰਨੀ ਇੱਕ ਤਾਂ ਘੱਟ ਤਨਖਾਹਾਂ ਮਿਲਦੀਆਂ ਨੇ, ਉੱਤੋਂ ਸਾਨੂੰ ਬਿਲਕੁਲ ਟਰਮੀਨੇਟ ਕਰਤਾ ਗਿਆ ਹੈ। ਅਸੀਂ ਕੋਰਟ ਕੇਸ ਵੀ ਕੀਤਾ ਹੋਇਆ ਹੈ, ਅਸੀਂ ਸਰ ਨੂੰ ਬੈਂਸ ਸਰ ਨੂੰ ਮਿਲੇ ਵੀ ਹਾਂ ਅਤੇ ਉਹਨਾਂ ਨੂੰ ਕਿਹਾ ਵੀ ਹੈ ਕਿ ਪਲੀਜ਼ ਸਾਡੀ ਸੁਣਵਾਈ ਕੀਤੀ ਜਾਵੇ, ਸਾਡੀ ਸਰ ਕੋਈ ਗਲਤੀ ਨਹੀਂ ਸੀ, ਅਸੀਂ ਮਤਲਬ ਪੂਰੇ ਪਰੂਫ ਨੇ ਸਾਡੇ ਕੋਲ ਕਿ ਅਸੀਂ ਉਸ ਟਾਈਮ ਡਿਊਟੀ 'ਤੇ ਸੀ, ਅਸੀਂ ਕੋਈ ਅਣਗਹਿਲੀ ਨਹੀਂ ਕੀਤੀ, ਕੋਈ ਸਾਡੇ ਵੱਲੋਂ ਕੋਈ ਕੁਤਾਹੀ ਨਹੀਂ ਹੋਈ, ਪਰ ਸਾਨੂੰ ਇਹਨਾਂ ਨੇ ਅੱਜ ਤੋਂ 4 ਮਹੀਨੇ ਪਹਿਲਾਂ ਹੀ ਟਰਮੀਨੇਟ ਕਰ ਦਿੱਤਾ ਹੈ। ਤੁਸੀਂ ਹੁਣ ਦੇਖੋ ਜੇ ਠੀਕ ਹੈ, ਸਰਕਾਰ ਨੇ ਨਵੇਂ ਬੰਦੇ ਲਿਆਉਂਦੇ ਨੇ, ਸਾਨੂੰ ਕੋਈ ਇਸ ਗੱਲ ਦਾ ਕੋਈ ਗਿਲਾ ਨਹੀਂ ਹੈ, ਅੱਛੀ ਗੱਲ ਹੈ, ਪਰ ਇਹਨਾਂ ਨੇ ਰਾਤ ਨੂੰ ਕਿਉਂ ਜੁਆਇਨਿੰਗ ਕਰਵਾਈ ਬਿਨਾਂ ਕਿਸੇ ਮੈਡੀਕਲ ਤੋਂ, ਬਿਨਾਂ ਕਿਸੇ ਪੁਲਿਸ ਇਨਕੁਆਇਰੀ ਤੋਂ ਕਿਵੇਂ ਉਹਨਾਂ ਦੀ ਜੁਆਇਨਿੰਗ ਹੋ ਗਈ? ਠੀਕ ਹੈ ਨਾ, ਸਾਨੂੰ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਆਉਣ ਲੋਕ ਬਹੁਤ ਅੱਛੀ ਗੱਲ ਹੈ, ਕਾਲਜ ਦਾ ਬੱਚਿਆਂ ਦੀ, ਗਰੀਬ ਬੱਚੇ ਨੇ, ਗਰੀਬ ਘਰਾਂ ਦੇ ਬੱਚੇ ਨੇ, ਉਹਦੀ ਡਿਵੈਲਪਮੈਂਟ ਹੋਵੇ, ਪਰ ਇਹ ਕੀ ਮਤਲਬ ਹੈ ਕਿ ਤੁਸੀਂ ਰਾਤ ਦੇ 12 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਉਹਨਾਂ ਦੀ ਇੰਟਰਵਿਊ ਮਤਲਬ ਉਹਨਾਂ ਜੁਆਇਨਿੰਗ ਕਰਵਾ ਰਹੇ ਹੋ ਬਿਨਾਂ ਕਿਸੇ ਪੁਲਿਸ ਇਨਕੁਆਇਰੀ ਤੋਂ, ਬਿਨਾਂ ਕਿਸੇ ਮੈਡੀਕਲ ਤੋਂ?
ਹਾਂਜੀ ਬਿਲਕੁਲ ਸਰ, ਕੱਲ੍ਹ ਨੂੰ ਇਹਨਾਂ ਦਾ ਦੇਖੋ ਕੱਲ੍ਹ ਇਹਨਾਂ ਦਾ ਮਤਲਬ ਕੋਰਟ ਨੇ ਇਹਨਾਂ ਨੇ ਕੇਸ ਪਾਸ ਕੀਤਾ, ਸਰ ਆ ਗਏ ਨੇ, ਸਰ ਵੀ ਆ ਗਏ ਨੇ ਮੇਰੇ ਨਾਲ ਹੀ ਨੇ, ਅਤੇ ਅੱਜ ਇਹਨਾਂ ਨੂੰ ਤੁਸੀਂ ਦੇਖੋ ਵੀ ਦੂਸਰੇ ਦਿਨ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਇਹਨਾਂ ਨੂੰ ਜੁਆਇਨਿੰਗ ਕਰਵਾਈ ਜਾ ਰਹੀ ਹੈ, ਸੰਡੇ ਨੂੰ ਜੁਆਇਨਿੰਗ ਕਰਵਾਈ ਜਾ ਰਹੀ ਹੈ। ਦੇਖੋ ਇਹ ਕਿਹੜੀ ਪੋਲਿਸੀ ਹੈ ਕਿ ਸਰਕਾਰ ਕਹਿੰਦੀ ਸੀ ਅਸੀਂ ਐਜੂਕੇਸ਼ਨ ਵਿੱਚ ਬਦਲਾਵ ਲਿਆਵਾਂਗੇ, ਕਿੱਦਾਂ ਦਾ ਬਦਲਾਅ ਹੈ? ਠੀਕ ਹੈ, ਗਰੀਬ ਲੋਕਾਂ ਨੂੰ, ਗਰੀਬ ਘਰਾਂ ਦੇ ਬੱਚਿਆਂ ਨੂੰ ਜਾਂ ਸਾਨੂੰ ਅਸੀਂ ਕਹਿ ਲਈਏ ਸਾਨੂੰ ਕੀ ਤਨਖਾਹ ਦਿੰਦੀ ਹੈ ਸਰਕਾਰ, ਸਾਡੇ ਗਲੇ ਵੜਤੇ ਇਹਨਾਂ ਨੇ। ਇੱਕ ਪਾਲਿਸੀ ਬਣਾਵੇ ਸਰਕਾਰ ਜਿਹਦੇ ਵਿੱਚ ਸਾਨੂੰ ਸੇਫ ਕਰੇ, ਤਨਖਾਹ ਕਿੰਨੀ ਦਿੰਦੀ ਸੀ ਸਾਡੀ, ਸਾਨੂੰ ਸਾਡੇ ਸਲੈਬਸ ਨੇ ਤੁਹਾਡੀ 32 ਤੋਂ ਸਟਾਰਟ ਹੋ ਕੇ 48 ਤੱਕ ਹੈ ਸਰ, ਦੇਖੋ ਜਿਹੜੇ ਹੁਣ ਨਵੇਂ ਆ ਰਹੇ ਨੇ ਉਹਦੇ 80 ਪਲੱਸ ਹੈ, ਇਸ ਕਰਕੇ ਸਾਡੀ ਸਰਕਾਰ ਤੋਂ ਇਹੀ ਮੰਗ ਹੈ। ਤੁਹਾਨੂੰ ਜ਼ਿਆਦਾ ਸੀ ਫਿਰ ਉਹਨੂੰ ਰੱਖਣ ਦੀ ਕੀ ਲੋੜ ਪਈ? 11 ਸਾਲ ਹੋ ਗਏ ਸਰ ਮੈਨੂੰ ਜੌਬ ਕਰਦੀ ਨੂੰ, ਤੁਸੀਂ ਦੇਖੋ ਸਾਨੂੰ ਬਿਨਾਂ ਕਿਸੇ ਗਲਤੀ ਸਜ਼ਾ ਮਿਲੀ ਔਰ ਸਾਨੂੰ ਕਾਲਜ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਟਰਮੀਨੇਟ ਕਰ ਦਿੱਤਾ ਗਿਆ ਸਰ ਸਾਨੂੰ ਬਿਨਾਂ ਕਿਸੇ ਗਲਤੀ ਤੋਂ, ਅਤੇ ਜਿਹੜੇ 2 ਰੈਗੂਲਰ ਸੀਗੇ ਉਹਨਾਂ ਨੂੰ ਜੁਆਇਨ ਕਰਵਾ ਲਿਆ ਗਿਆ ਹੈ, ਸਾਡੇ ਲਈ ਕੁਛ ਨਹੀਂ ਕਰ ਰਹੀ ਸਰਕਾਰ। ਅਸੀਂ PhD ਕੀਤੀ, ਨੈਟ ਕੁਆਲੀਫਾਈ ਕੀਤੇ, ਅਸੀਂ ਇੰਨਾ ਪੈਸਾ ਲਗਾਇਆ ਨਾ, ਸਾਨੂੰ ਪਤਾ ਸਾਡੇ ਪੇਰੈਂਟਸ ਨੇ, ਅਸੀਂ ਖੁਦ ਜੌਬ ਕਰ ਰਹੇ ਹਾਂ, ਕਿੰਨਾ ਅਸੀਂ ਆਪਣੇ ਆਪ 'ਤੇ ਖਰਚ ਕੀਤਾ ਹੈ, ਉਹ ਤਾਂ ਸਾਨੂੰ ਅੱਜ ਆਹ ਰਿਜ਼ਲਟ ਮਿਲ ਰਿਹਾ। ਇਹ ਸਰਕਾਰ ਕਹਿੰਦੀ ਆਪਣੀਆਂ ਟਾਈਮ ਟੂ ਟਾਈਮ ਆਪਣੇ ਆਪ ਨੂੰ ਅਪਡੇਟ ਕਰੋ, ਸਰ ਅਸੀਂ ਅਪਡੇਟ ਹੀ ਕਰਦੇ ਰਹਿ ਗਏ, ਅਤੇ ਜਿਹੜੇ ਹੁਣ ਸਰਕਾਰ ਨੇ ਰੱਖੇ ਨੇ ਇਹਨਾਂ ਨੂੰ 1976 ਦੇ ਐਕਟ ਦੇ ਮੁਤਾਬਿਕ ਜਿੱਥੇ ਜੋ BA ਹੁੰਦੀ ਸੀ ਸਰ ਉਹਦੇ ਮੁਤਾਬਿਕ ਇਹਨਾਂ ਲਈ ਕੈਂਡੀਡੇਟ ਰੱਖੇ ਗਏ ਨੇ, ਇਹਦਾ ਮਤਲਬ ਅਸੀਂ 0 ਹਾਂ। ਜਿਹੜੀ PhD ਕੀਤੀ ਹੋਈ ਇਸ ਕੈਂਡੀਡੇਟ ਨੇ ਹਾਲੀ ਕੁਆਲੀਫਾਈਡ ਨੇ, ਇੰਨੀ ਮਿਹਨਤ ਕਰਕੇ ਆਏ ਨੇ, ਅਸੀਂ ਬਹੁਤ ਮਿਹਨਤ ਕੀਤੀ ਹੈ ਸਰ, ਸਾਨੂੰ ਪਤਾ ਸੀ ਕਿਵੇਂ ਸਟੈਂਡ ਕੀਤਾ ਆਪਣੇ ਆਪ ਨੂੰ, ਪਰ ਉਹਦਾ ਆਹ ਰਿਜ਼ਲਟ ਸਾਨੂੰ ਦਿੱਤਾ ਸਰਕਾਰ ਨੇ। ਆਪ ਸਰਕਾਰ ਸਾਡੇ ਕੋਲ ਆ ਕੇ ਸਰ, ਜਿਹੜੇ ਇਹਨਾਂ ਨੂੰ ਵੋਟਾਂ ਦੀ ਲੋੜ ਸੀ ਸਾਡੇ ਕੋਲ ਆ ਕੇ ਸਾਨੂੰ ਆਸ਼ਵਾਸਨ ਦਿੰਦੇ ਸੀ ਵੀ ਅਸੀਂ ਤੁਹਾਨੂੰ ਵੋਟਾਂ ਦੇਵਾਂਗੇ, ਤੁਹਾਨੂੰ ਅਸੀਂ ਨੌਕਰੀ ਦੇਵਾਂਗੇ, ਤੁਹਾਡੇ ਲਈ ਅਸੀਂ ਪੱਕੀਆਂ ਜੌਬਸ ਰੱਖਾਂਗੇ, ਪਰ ਉਹਨੇ ਸਾਨੂੰ ਆਹ ਪੱਕੀਆਂ ਜੌਬਸ ਦਿੱਤੀਆਂ ਨੇ। ਰਾਤੋ ਰਾਤ ਤੁਸੀਂ ਆਪਣੀਆਂ ਇਹਨਾਂ ਨੂੰ ਜੁਆਇਨ ਕਰਵਾ ਰਹੇ ਹੋ, ਇਹਨਾਂ ਨੂੰ ਪਤਾ ਹੈ ਕਿ ਇਹ ਗਲਤ ਅਸਰ ਭਰਤੀ ਹੋਈ ਹੈ, ਔਰ ਅਸੀਂ ਇਹਦਾ ਪੂਰੀ ਦਾ ਪੂਰਾ ਅਸੀਂ ਇਹਦਾ ਅਗੇਂਸਟ ਬੋਲਦੇ ਹਾਂ। ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀ 11-58 ਦਾ ਜੋ ਫੈਸਲਾ ਆਇਆ ਗਾ ਉਸਦਾ ਅਸੀਂ ਸਮਰਥਨ ਕਰਦੇ ਹਾਂ, ਸਵਾਗਤ ਕਰਦੇ ਹਾਂ ਵੀ ਜਿਹੜੀ 11-58 ਪੋਸਟਾਂ ਕੱਢੀਆਂ ਸਰਕਾਰ ਨੇ। ਇਸ ਦੇ ਨਾਲ ਨਾਲ ਦੂਜੀ ਜਿਹੜੀ ਸਾਡੀ ਮੰਗ ਆ ਵੀ ਜਿਹੜੇ ਸਾਡੇ ਗੈਸਟ ਬਿਲਟੀ ਪ੍ਰੋਫੈਸਰ ਆ ਗਏ ਇਹਨਾਂ ਨੂੰ ਪੱਕੇ ਕਰਨਾ ਚਾਹੀਦਾ, ਕਿਉਂਕਿ ਬਹੁਤ ਲੰਬੇ ਟਾਈਮ ਤੋਂ ਸੇਵਾਵਾਂ ਨਿਭਾ ਰਿਹਾ ਸਰਕਾਰ, ਇਹਨਾਂ ਨੂੰ ਇੱਦਾਂ ਹੀ ਨਹੀਂ ਕੱਢ ਸਕਦੀ, ਇਸ ਕਰਕੇ ਅਸੀਂ ਇਹਨਾਂ ਪ੍ਰੋਫੈਸਰਾਂ ਦੀ ਸਪੋਰਟ ਦੇ ਵਿੱਚ ਅੱਜ ਅਸੀਂ ਆਏ ਹਾਂ, ਅਤੇ ਜਿਹੜੇ 11-58 ਉਹਨਾਂ ਦਾ ਸਵਾਗਤ ਕਰਦੇ ਹਾਂ, ਕਿਉਂਕਿ ਸਰਕਾਰ ਨੂੰ ਇਸ 'ਤੇ ਕੋਈ ਨੀਤੀਗਤ ਫੈਸਲਾ ਲੈਣਾ ਚਾਹੀਦਾ। ਇਹਦੇ ਨਾਲ ਨਾਲ ਇਹ ਆ ਵੀ ਸਰਕਾਰ ਜਿਹੜੀਆਂ ਖਾਲੀ ਪੋਸਟਾਂ ਨੇ ਉਹਨਾਂ ਦੀ ਥਾਂ 'ਤੇ ਇਹਨਾਂ ਨੂੰ ਸਾਡੇ ਪ੍ਰੋਫੈਸਰਾਂ ਨੂੰ ਐਡਜਸਟ ਕਰੇ ਅਤੇ ਇਹਨਾਂ ਨੂੰ ਪੱਕੇ ਕਰੇ। ਇਸ ਤੋਂ ਇਲਾਵਾ ਜੇਕਰ ਅਸੀਂ ਕਾਲਜਾਂ 'ਚ ਦੇਖੀਏ, ਇੱਕ ਅੱਜ ਇੱਕ ਪ੍ਰੋਫੈਸਰ ਕੋਲ ਸਾਡੇ 150-150 ਬੱਚਾ ਜਿਹੜਾ ਪੜ੍ਹਦਾ ਗਾ, ਜੇਕਰ ਅਸੀਂ ਇਸ ਚੀਜ਼ ਦਾ ਦੇਖੀਏ ਪੋਲਿਸੀ ਦੇ ਲੈਵਲ 'ਤੇ, ਤਾਂ ਇੱਕ ਪ੍ਰੋਫੈਸਰ ਕੋਲ 40-50 ਵਿਦਿਆਰਥੀ ਹੋਣੇ ਚਾਹੀਦੇ ਆ। ਸਰਕਾਰ ਨਵੀਆਂ ਪੋਸਟਾਂ ਪੈਦਾ ਕਰ ਸਕਦੀ ਹੈ ਜਿਹਦੇ ਨਾਲ ਸਾਡਾ ਰੁਜ਼ਗਾਰ ਦਾ ਵੀ ਮਸਲਾ ਹੱਲ ਹੁੰਦਾ, ਨਵੇਂ ਪ੍ਰੋਫੈਸਰ ਸਾਡੇ ਜਿਹੜੇ ਭਰਤੀ ਕੀਤੇ ਜਾ ਸਕਦੇ ਆ। ਇਸ ਤੋਂ ਇਲਾਵਾ ਵੀ ਇਹਨਾਂ ਪ੍ਰੋਫੈਸਰਾਂ ਨੂੰ ਪੱਕੇ ਕਰਕੇ ਅਤੇ 11-58 ਰੱਖ ਕੇ ਇਸ ਤੋਂ ਇਲਾਵਾ ਵੀ ਕੁਝ ਪ੍ਰੋਫੈਸਰ ਜਿਹੜੇ ਹੋਰ ਭਰਤੀ ਕੀਤੇ ਜਾ ਸਕਦੇ ਆ ਸਾਡੇ ਕਾਲਜਾਂ 'ਚ, ਪਰ ਸਰਕਾਰ ਦੀ ਨੀਤ ਆ ਜਿਹੜੀ ਉਹ ਨੀਤ ਅਤੇ ਨੀਤੀ ਦੇ ਵਿੱਚ ਫਰਕ ਹੈਗਾ, ਇਸ ਕਰਕੇ ਉਹਨਾਂ ਨੂੰ ਜਿਹੜੇ ਪ੍ਰੋਫੈਸਰਾਂ ਨੂੰ ਆਪਸ ਵਿੱਚ ਲੜਾ ਰਹੀ ਹੈਗੀ। ਇਸ ਕਰਕੇ ਅਸੀਂ ਇਸ 'ਤੇ ਸਪੋਰਟ ਦੇ ਵਿੱਚ ਇਹਨਾਂ ਪ੍ਰੋਫੈਸਰਾਂ ਨੂੰ ਪੱਕੇ ਕਰਨਾ ਚਾਹੀਦਾ। ਕਲਾਸਾਂ ਜਿਹੜੇ ਹੈਗਾ ਬੰਦ ਕਰਕੇ ਤੁਸੀਂ ਹੁਣ ਨਾਲ ਪ੍ਰੋਟੈਸਟ ਕਰ ਰਹੇ? ਦੇਖੋ ਕਲਾਸਾਂ ਸਾਡੇ ਪ੍ਰੋਫੈਸਰਾਂ ਨੇ ਹੜਤਾਲ ਕੀਤੀ, ਉਹ ਸਾਡੀਆਂ ਵੈਸੇ ਕਲਾਸਾਂ ਲੱਗ ਨਹੀਂ ਰਹੀਆਂ, ਇਸ ਕਰਕੇ ਸਾਡੀਆਂ ਕਲਾਸਾਂ ਦੇ ਜੇ ਪ੍ਰੋਟੈਸਟ ਲੰਮਾ ਚੱਲਦਾ ਉਹਦੇ ਨਾਲ ਸਾਡੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਣਾ ਗਾ। ਨਵੇਂ ਪ੍ਰੋਫੈਸਰ ਜੇ ਸਾਡੇ ਕਾਲਜ ਦੇ ਵਿੱਚ ਸਿਰਫ 10 ਪ੍ਰੋਫੈਸਰ ਜਿਹੜੇ ਆ ਉਹ ਆਏ ਆਗੇ, ਇਸ ਕਰਕੇ ਜੇ ਵਿਦਿਆਰਥੀ ਇੱਦਾਂ ਹੁਣ ਖੁੱਲ੍ਹੇ ਫਿਰਨਗੇ ਤਾਂ ਉਹਦੇ ਨਾਲ ਪੜ੍ਹਾਈ ਦਾ ਕਾਲਜ ਦਾ ਬਹੁਤ ਜ਼ਿਆਦਾ ਮਾਹੌਲ ਖਰਾਬ ਹੋਣਾ। ਸਰਕਾਰ ਨੂੰ ਜਲਦ ਤੋਂ ਜਲਦ ਕੋਈ ਫੈਸਲਾ ਲੈਣਾ ਚਾਹੀਦਾ, ਨੀਤੀਗਤ ਫੈਸਲਾ ਬਣਾ ਕੇ ਇਹਨਾਂ ਪ੍ਰੋਫੈਸਰਾਂ ਨੂੰ ਰੈਗੂਲਰ ਕਰਨਾ ਚਾਹੀਦਾ। ਸਾਡੇ ਵਿਦਿਆਰਥੀਆਂ ਤੋਂ PTA ਫੰਡ ਲੈ ਕੇ ਜਿਹੜੀ ਪ੍ਰੋਫੈਸਰਾਂ ਨੂੰ ਤਨਖਾਹ ਦਿੱਤੀ ਜਾਂਦੀ ਆ ਉਹ ਬੰਦ ਹੋਣੀ ਚਾਹੀਦੀ ਆ, ਪ੍ਰੋਫੈਸਰਾਂ ਨੂੰ ਰੈਗੂਲਰ ਕਰਕੇ ਸਰਕਾਰੀ ਖਜ਼ਾਨੇ 'ਚੋਂ ਤਨਖਾਹ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਆ। ਕਾਂਗਰਸ ਸਰਕਾਰ ਵੇਲੇ ਜਦੋਂ ਇਹਨਾਂ ਨੇ ਪੋਸਟਾਂ ਕੱਢੀਆਂ ਸੀਗੀਆਂ 11-58, ਉਹ ਰਾਤੋ ਰਾਤ ਇਹਨਾਂ ਨੇ ਕਾਲੀ 'ਚ ਪੋਸਟਾਂ ਕੱਢੀਆਂ, ਉਹ ਤੇ ਜਿੰਨੀਆਂ ਵੀ ਪੋਸਟਾਂ ਆਈਆਂ ਸਾਰਾ ਕੋਰਟ 'ਚ ਗਿਆ ਮਾਮਲਾ, ਕੋਰਟ 'ਚ ਜਾਣ ਤੋਂ ਬਾਅਦ ਸਾਰੀ ਦੀਆਂ ਸਾਰੀਆਂ ਪੋਸਟਾਂ ਕੁਐਸ਼ ਹੋ ਗਈਆਂ।
ਕਿਉਂਕਿ ਉਹਦੇ ਵਿੱਚ ਧਾਂਦਲੀਆਂ ਬਹੁਤ ਸੀਗੀਆਂ ਅਤੇ ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀ ਆਪਣੇ ਇਹ ਸਰਕਾਰ ਸੀ ਆਮ ਆਦਮੀ ਪਾਰਟੀ ਦੀ, ਉਹ ਸਾਡੇ ਧਰਨਿਆਂ 'ਚ ਸ਼ਮੂਲੀਅਤ ਕਰਦੇ ਰਹੇ ਨੇ, ਸਾਨੂੰ ਇਹ ਭਰੋਸਾ ਦਿਵਾਉਂਦੇ ਰਹੇ ਨੇ ਵੀ ਸਾਡੀ ਸਰਕਾਰ ਆਉਣ 'ਤੇ ਅਸੀਂ ਤੁਹਾਡੇ ਨਾਲ ਹਾਂ, ਉਹਨਾਂ ਨੂੰ ਤੁਹਾਨੂੰ ਪੱਕਾ ਕੀਤਾ ਜਾਵੇਗਾ ਪਹਿਲ ਦੇ ਆਧਾਰ 'ਤੇ। ਪਰ ਜਦੋਂ ਸਰਕਾਰ ਆ ਗਈ ਹੁਣ ਆਉਣ 'ਤੇ ਇਹਨਾਂ ਨੇ ਜਿਹੜਾ ਕੋਰਟ ਦੇ ਵਿੱਚ ਜਾ ਕੇ ਆਪਣਾ ਕੋਰਟ ਦੇ ਵਿੱਚ ਜਾ ਕੇ ਆਪਦੀ ਝੱਚੀ ਝੂਠੀ ਜਿਹੀ ਪੋਲਿਸੀ ਬਣਾ ਕੇ ਅਤੇ ਉਹਨੂੰ ਆਪਣਾ ਲਾਗੂ ਕਰਨ 'ਤੇ ਤੁਲੀ ਹੋਈ ਹੈ। ਜਿਹੜੇ 1157 ਤੀ ਉਹਨਾਂ ਨੂੰ ਦੁਬਾਰਾ ਸਰਕਾਰ ਕਾਲਜਾਂ 'ਚ ਜੁਆਇਨ ਕਰ ਰਹੀ ਹੈ। ਜਿਹੜੇ ਅਸੀਂ ਗੈਸਟ ਫੈਕਲਟੀ ਟੀਚਰਾਂ ਕੋਈ 20 ਸਾਲ ਤੋਂ ਕੰਮ ਕਰ ਰਿਹਾ, ਕੋਈ 22 ਸਾਲ ਤੋਂ ਕਰ ਰਿਹਾ, ਪਾਰਟ ਟਾਈਮ ਨੇ ਜਿਹੜੇ 25 ਸਾਲ ਤੋਂ ਕੰਮ ਕਰ ਰਹੇ ਨੇ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਰਹੇ ਨੇ, ਸਾਡੀ ਜਗ੍ਹਾ 'ਤੇ ਜੁਆਇਨ ਕਰਾ ਰਹੇ ਨੇ। ਅਸੀਂ ਨਹੀਂ ਕਹਿੰਦੇ ਵੀ ਨਵਾਂ ਰੁਜ਼ਗਾਰ ਨਹੀਂ ਦੇਣਾ ਚਾਹੀਦਾ, ਜਿਹੜੀਆਂ ਖਾਲੀ ਪੋਸਟਾਂ ਨੇ ਜਾਂ ਤਾਂ ਉਹਨਾਂ 'ਤੇ ਜੁਆਇਨ ਕਰਾ ਲਓ, ਜਾਂ ਪੋਸਟਾਂ ਦੀ ਪਹਿਲਾਂ ਨਾਲੋਂ ਵਰਕਲੋਡ ਕਿੰਨਾ ਵੱਧ ਗਿਆ, ਨਵੀਆਂ ਪੋਸਟਾਂ ਕ੍ਰੀਏਟ ਕਰਕੇ ਉਹਨਾਂ ਨੂੰ ਵੀ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ। ਅਸੀਂ ਉਹਨਾਂ ਦੇ ਵਿਰੁੱਧ ਨਹੀਂ ਹੈਗੇ ਅਤੇ ਸਾਨੂੰ ਵੀ ਜਿਹੜਾ ਪੱਕਾ ਕਰਨਾ ਚਾਹੀਦਾ ਸਰਕਾਰ ਨੂੰ, ਕਿਉਂਕਿ ਨਾ ਤਾਂ ਅਸੀਂ ਕਿਤੇ ਹੋਰ ਜੋਬ ਕਰ ਸਕਦੇ ਹਾਂ, ਨਾ ਕਿਧਰੇ ਪਾਸੇ ਹੋਰ ਜਾ ਸਕਦੇ ਹਾਂ। ਸਾਡੇ 10-10 ਸਾਲ ਜੋਬ ਦੇ ਰਹਿ ਗਏ ਮੈਕਸੀਮਮ ਜਿਹੜੇ ਟੀਚਰ ਨੇ, ਕਿਸੇ ਨੂੰ 18 ਸਾਲ ਹੋ ਗਏ, ਕਿਸੇ ਨੂੰ 15 ਸਾਲ ਹੋ ਗਏ, ਕਿਸੇ ਨੂੰ 22 ਸਾਲ ਹੋ ਗਏ ਇਸ ਜੋਬ ਦੇ ਵਿੱਚ। ਇਸ ਕਰਕੇ ਅਸੀਂ ਸਾਡੀ ਸਰਕਾਰ ਦੇ ਅੱਗੇ ਬੇਨਤੀ ਹੈ ਕਿ ਸਾਨੂੰ ਪੱਕਾ ਕੀਤਾ ਜਾਵੇ, ਠੀਕ ਹੈ। ਸਾਡੀਆਂ ਜਿਹੜੀਆਂ ਮੰਗਾਂ ਨੇ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣ, ਕਿਉਂਕਿ ਜਿਹੜਾ ਇਹਨਾਂ ਪੋਸਟਾਂ 'ਤੇ ਅਸੀਂ ਸ਼ੁਰੂ ਤੋਂ ਲੈ ਕੇ 1500-1500 ਰੁਪਏ 'ਤੇ ਵੀ ਜੋਬ ਕਰਕੇ ਇਹਨਾਂ ਕਾਲਜਾਂ ਨੂੰ ਖੜ੍ਹੇ ਕੀਤਾ ਉਹ ਟਾਈਮ, ਅਤੇ ਜਿਹੜੇ ਹੁਣ ਨਵੇਂ ਆਏ ਨੇ ਉਹਨਾਂ ਨੂੰ ਵੀ ਬੇਸ਼ੱਕ ਉਹ ਕਰਦਾ, ਪਰ ਸਾਨੂੰ ਜਿਹੜਾ ਸਾਡਾ ਬਣਦਾ ਹੱਕ ਹੈ ਸਾਨੂੰ ਦਿੱਤਾ ਜਾਵੇ, ਸਾਨੂੰ ਪੱਕਾ ਕੀਤਾ ਜਾਵੇ, ਅਤੇ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ। ਨਹੀਂ ਆਉਣ ਵਾਲੇ ਸਮੇਂ 'ਚ ਅਸੀਂ ਰੋਡ ਵੀ ਜਾਮ ਕਰਾਂਗੇ ਅਤੇ ਸਰਕਾਰ ਦੇ ਖਿਲਾਫ਼ ਜਿੰਨੇ ਜਿਹੜੀ ਹੱਦ ਤੱਕ ਸਾਨੂੰ ਜਾਣਾ ਪੈ ਗਿਆ ਅਸੀਂ ਉਸ ਹੱਦ ਤੱਕ ਜਾਵਾਂਗੇ। ਅਸੀਂ ਗੈਸਟ ਫੈਕਲਟੀ ਆ ਜਿਹੜੇ 852 ਨੇ ਟੋਟਲ ਸਾਰੇ ਸਰਕਾਰੀ ਕਾਲਜਾਂ 'ਚ, ਗੈਸਟਡ ਪੋਸਟਾਂ 'ਤੇ ਕੰਮ ਕਰ ਰਹੇ ਹਾਂ ਅਸੀਂ। ਸਾਨੂੰ ਉਹੀ ਪੋਲਿਸੀ ਨਾਲ ਤਰੀਕੇ ਨਾਲ ਰੱਖ ਪ੍ਰਿੰਸੀਪਲਜ਼ ਵੱਲੋਂ ਅਤੇ DPI ਦਾ ਨੁਮਾਇੰਦਾ ਆ ਕੇ ਸਾਨੂੰ ਰੱਖਦੇ ਰਹੇ ਨੇ। ਅਸੀਂ ਬਕਾਇਦਾ ਜਿਹੜੀਆਂ ਸਾਰੀਆਂ ਸ਼ਰਤਾਂ ਨੇ, ਸਾਰੇ ਨਿਯਮ ਨੇ ਉਹ ਪੂਰੇ ਕਰਦੇ ਹਾਂ। ਇਸ ਕਰਕੇ ਸਰਕਾਰ ਅੱਗੇ ਬੇਨਤੀ ਹੈ ਵੀ ਜਿਹੜੇ 852 ਸਾਡੇ ਸਾਥੀ ਨੇ ਇਹਨਾਂ ਨੂੰ ਪਹਿਲ ਦੇ ਆਧਾਰ 'ਤੇ ਜਿਹੜਾ ਪੱਕਾ ਕੀਤਾ ਜਾਵੇ।